ਤਾਂ ਦੱਸ ਦੇ ਕਿ ਇੱਕ ਨੌਜਵਾਨ ਪਿਛਲੇ 3 ਦਿਨਾਂ ਤੋਂ ਘਰੋਂ ਗਾਇਬ ਸੀ, ਤਾਂ ਹੁਣ ਉਸਦੀ ਲਾਸ਼ ਨਾਲੇ ਦੇ ਵਿੱਚੋਂ ਤੈਰਦੀ ਮਿਲੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਇਕੱਠ ਹੋ ਜਾਂਦਾ, ਲੋਕ ਇਕੱਠੇ ਹੋ ਜਾਂਦੇ ਹੈ, ਤਾਂ ਜਿਵੇਂ ਹੀ ਇਸਦੀ ਸੂਚਨਾ ਪਰਿਵਾਰ ਨੂੰ ਲੱਗਦੀ ਹੈ ਤਾਂ ਪਰਿਵਾਰ ਵੀ ਮੌਕੇ 'ਤੇ ਪਹੁੰਚਦਾ। ਤਾਂ ਇਸ ਸੰਬੰਧੀ ਮ੍ਰਿਤਕ ਸੋਨੂ ਦੇ ਜੀਜੇ ਦਾ ਕਹਿਣਾ ਸੀ ਕਿ ਉਸਦਾ ਸਾਲਾ ਉਹਨਾਂ ਦੇ ਕੋਲ ਰਹਿੰਦਾ ਅਤੇ ਉਸਨੂੰ ਮਿਰਗੀ ਦੇ ਦੌਰੇ ਪੈਂਦੇ ਸੀ, ਅਤੇ ਉਸਨੇ ਨਾਲ ਦੱਸਿਆ ਕਿ ਉਹ 3-4 ਦਿਨ ਪਹਿਲਾਂ ਘਰੋਂ ਗਿਆ ਸੀ, ਜਿਸ ਤੋਂ ਬਾਅਦ ਉਸਦੀ ਕੋਈ ਵੀ ਖਬਰ ਨਹੀਂ ਮਿਲੀ। ਤਾਂ ਅੱਜ ਸਵੇਰੇ ਉਸਦੀ ਲਾਸ਼ ਨਾਲੇ ਦੇ ਵਿੱਚ ਤੈਰ ਰਹੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮੌਕੇ 'ਤੇ ਜਾ ਕੇ ਉਸਦੀ ਸ਼ਨਾਖਤ ਕੀਤੀ। ਤਾਂ ਦੱਸ ਦੇ ਕਿ ਮਾਮਲਾ ਫਿਰੋਜ਼ਪੁਰ ਦਾ, ਜਿੱਥੇ ਲੋਕਾਂ ਨੂੰ ਨਾਲੇ ਦੇ ਵਿੱਚ ਇੱਕ ਤੈਰਦੀ ਲਾਸ਼ ਮਿਲਦੀ ਹੈ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ। ਤਾਂ ਮੌਕੇ 'ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵਿੱਚ ਉਸਦੀ ਭੈਣ ਅਤੇ ਜੀਜਾ ਪਹੁੰਚਦੇ ਨੇ। ਤਾਂ ਭੈਣ ਨੇ ਕਿਹਾ ਕਿ ਉਹਨਾਂ ਦਾ ਭਰਾ ਉਹਨਾਂ ਦੇ ਕੋਲ ਹੀ ਰਹਿੰਦਾ ਅਤੇ ਉਸਨੂੰ ਮਿਰਗੀ ਦੇ ਦੌਰੇ ਪੈਂਦੇ ਸੀ, ਤਾਂ ਪਿਛਲੇ ਕਈ ਦਿਨਾਂ ਤੋਂ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਤਾਂ ਅੱਜ ਸਵੇਰੇ ਉਸਦੀ ਲਾਸ਼ ਮਿਲੀ ਹੈ। ਅੱਛਾ ਜੀ, ਤੇ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਤੇ ਰਾਤ ਦਾ ਘਰੇ ਨਹੀਂ ਸੀਗਾ? ਇਸ ਦਿਨ ਦਾ 2-3 ਦਿਨ ਹੋ ਗਏ ਘਰੇ ਨਹੀਂ ਜਾਂਦਾ ਸੀ। ਮੇਰੇ ਕੱਲ ਦੀ ਦਿਲ 'ਚ ਖੁੜਕਦੀ, ਮੈਂ ਕਿਹਾ ਸੋਨੂੰ ਘਰੇ ਨਹੀਂ ਆਉਂਦਾ ਤੇ ਪਤਾ ਨਹੀਂ ਕੀ ਗੱਲ ਵਾ। ਕਿਹੜੇ ਪਿੰਡ ਦਾ ਸੀ? ਮੋਤੀ ਵਾਲੇ। ਮੋਤੀ ਵਾਲੇ ਤੁਹਾਡਾ ਹੀ ਬੰਦਾ? ਪਛਾਣ ਆ ਗਈ? ਭਰਾ ਸੱਕਾ ਪਛਾਣ ਆ ਗਈ ਹੈ? ਹਾਂਜੀ ਭਰਾ, ਦੇਖਦਾ ਹੀ ਪਿਆ ਉਹਨੂੰ, ਆ ਪੈਰ ਸੜੇ ਉਹਦੇ ਦੌਰਿਆਂ ਨਾਲ, ਵੀ ਜਿੱਥੇ ਜੀ ਕੀਤਾ ਡਿੱਗ ਪੈਂਦਾ ਨਾ, ਜਿੱਥੇ ਜੀ ਕੀਤਾ ਰਿਸ਼ਤੇਦਾਰੀ ਸੀ ਆਪਣੀ? ਅੱਛਾ, ਤੇ ਬਿਮਾਰ ਬਮੂਰ ਰਹਿੰਦਾ ਸੀ? ਦੌਰੇ ਪੈਂਦੇ ਹੁੰਦੇ ਸੀ। ਠੀਕ ਹੈ, ਕਦੋਂ ਦਾ ਘਰ ਤੋਂ ਲਾਪਤਾ ਸੀ? 2-3 ਦਿਨ। ਹਾਂਜੀ, ਉਹਦੀ ਹੋਈ ਹੈ, ਉਹਨੂੰ ਸੋਨੂੰ ਉਹਦਾ ਨਾਮ ਹੈ ਲੜਕੇ ਦਾ, ਅਤੇ ਮੋਤੀ ਵਾਲਾ ਵਿੱਚ ਪਿੰਡ ਪੈਂਦਾ ਹੈ ਗੁਰੂ ਹਰ ਸਾਹਿਬ ਦੇ ਵਿੱਚ। ਅਤੇ ਜਿਸਲੇ ਅਸੀਂ ਬੋਡੀ ਅਸੀਂ ਕੱਢੀ ਗਈ ਸੇਮ ਨਾਲੇ ਦੇ ਵਿੱਚ ਪਈ ਸੀਗੀ, ਅਤੇ ਆਂਢ ਗੁਆਂਢ ਪਤਾ ਕੀਤਾ ਅਤੇ ਉਹਨਾਂ ਦੱਸਿਆ ਵੀ ਇਹ ਸੋਨੂੰ ਮੁੰਡਾ ਹੈਗਾ ਇਸ ਪਿੰਡ ਦਾ ਵੀ। ਉਹਦੀ ਜਿਹੜੀ ਸਿਸਟਰ ਹੈ ਅਤੇ ਉਹਦੇ ਜੀਜੇ ਨੂੰ ਅਸੀਂ ਬੁਲਾਇਆ ਸੀਗਾ, ਅਤੇ ਉਹਨਾਂ ਨੇ ਦੱਸਿਆ ਗਿਆ ਵੀ ਇਹਨੂੰ ਮਿਰਗੀ ਦੇ ਦੌਰੇ ਪੈਂਦੇ ਹੈਗੇ, ਵੀ 3-4 ਦਿਨ ਹੋ ਗਿਆ ਵੀ ਘਰੋਂ ਚੱਲ ਗਿਆ ਸੀਗਾ, ਅਤੇ ਹਾਲੇ ਤੱਕ ਅਸੀਂ 174 ਦੀ ਕਾਰਵਾਈ ਕੰਮ ਕਰ ਰਹੇ ਹਾਂ। ਸਰ, ਕਿਹੜੇ ਰੋਡ ਤੋਂ ਜਿਹੜੀ ਡੈਡ ਬੋਡੀ ਮਿਲੀ? ਇਸ ਰੁਪੇ ਵਾਲਾ ਰੋਡ ਪੈਂਦੀ ਹੈ, ਜਿੱਥੇ ਵੀ ਸੇਮ ਨਾਲ ਨਾਲ ਜਾਂਦਾ ਗਿਆ। ਸੇਮ ਨਾਲੇ ਦੇ ਵਿੱਚ ਜਿਸ ਹਿਸਾਬ ਨਾਲ ਮੌਕਾ ਦੇ ਕੇ ਆਇਆ, ਇਸ ਤਰ੍ਹਾਂ ਲੱਗਦਾ ਜਿਵੇਂ ਕੱਚਾ ਜਿਹਾ ਪੈ ਹੀ ਹੈਗੀ, ਕੱਚੀ ਜਿਹੜੇ ਜਾਂ ਪੈਰ ਫਿਸਲ ਕੇ ਆਉਣਾ, ਜਾਂ ਜਿਸ ਤਰ੍ਹਾਂ ਕਹਿੰਦੇ ਮਿਰਗੀ ਦਾ ਦੌਰਾ ਪੈਂਦਾ ਉਹਦੇ ਘਰ ਦੇ ਕਹਿਣ ਦੇ ਮੁਤਾਬਕ। ਫਿਰ ਵੀ ਅਸੀਂ ਨੂੰ ਇਹ ਵੀ, ਚਲੋ ਇੱਕ ਵਾਰੀ ਪੋਸਟਮਾਰਟਮ ਕਰਾ ਕੇ ਜੋ ਉਹਦੇ ਅਸਲ ਫੈਕਟਸ ਹੋਣਗੇ ਅਸੀਂ ਉਹ ਦੇਖ ਲਾਂਗੇ। ਬੋਡੀ ਮੈਂ ਚੈੱਕ ਕੀਤੀ ਹੈ, ਬੋਡੀ ਦੇ ਉੱਪਰ ਕੋਈ ਇਹੋ ਜਿਹਾ ਹੈ ਨਹੀਂ, ਕੋਈ ਸੱਟ ਦਾ ਜਾਂ ਕੁਛ ਹੋ ਜਾਏ, ਪਰ ਇੰਨਾ ਜਗ੍ਹਾ ਬੋਡੀ ਜਿਹੜੀ ਪਾਣੀ ਦੇ ਵਿੱਚ ਸੇਮ ਨਾਲ ਕਿਰੀ ਹੋਈ ਸੀ।